ਮੇਰੇ ਜੋੜੀ ਜਾਂਦਾ ਆ, ਕਹਿੰਦਾ ਕਿ ਪਲੀਜ਼ ਮੈਨੂੰ ਸੋਮਵਾਰ ਮੈਂ ਜਿਹੜੀ ਮਰਜ਼ੀ ਹਾਲਤ 'ਚ ਮਿਲ ਕੇ ਆਊਂਗਾ। ਕਹਿੰਦਾ ਮੈਨੂੰ ਕੱਲ੍ਹ ਨਹੀਂ ਮੇਰੇ ਕੋਲ ਜਾਇਆ ਨਾ ਤਾਂ ਕੱਲ੍ਹ ਮੇਰੇ ਕੋਲ ਪੈਸੇ ਹੋਣੇ ਨਹੀਂ ਹੂੰ, ਮੈਂ ਸੋਮਵਾਰ ਮਿਲਾਂ ਕਹਿੰਦਾ ਤਾਂ ਕੱਲ੍ਹ ਮੇਰੇ ਕੋਲ ਪੈਸੇ ਹੋਣੇ ਨਹੀਂ ਹੂੰ, ਮੈਂ ਸੋਮਵਾਰ ਮਿਲਾਂ ਕਹਿੰਦਾ, ਸਾਰਾ ਦੱਸ ਆਊਂਗਾ ਮੈਂ। ਪਿਆ ਨਹੀਂ ਰਹਿੰਦਾ ਹੈਗਾ, ਪਿਆ ਦੇ ਨਾਲ 30 ਹੋਰ ਆ ਇਹਨਾਂ ਨੇ ਜਿਹੜਾ ਦੇਣਾ ਮੈਨੂੰ। ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ। ਇੱਕ ਪਾਸੇ ਤਾਂ ਪੰਜਾਬ ਸਰਕਾਰ ਔਰ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਉਹ ਭ੍ਰਿਸ਼ਟਾਚਾਰੀ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦੀ ਪਹਿਲ ਇਹ ਹੀ ਹੁੰਦੀ ਆ ਸਰਕਾਰਾਂ ਦੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਪ੍ਰਦੇਸ਼, ਮੇਰਾ ਰਾਜ ਜਿਹੜਾ ਹੈ, ਮੇਰੀ ਸਟੇਟ ਜਿਹੜੀ ਹੈ ਉਹ ਭ੍ਰਿਸ਼ਟਾਚਾਰੀ ਤੋਂ ਮੁਕਤ ਹੋਵੇ। ਔਰ ਰਿਸ਼ਵਤ ਨਾ ਲੈਣਾ ਨਾ ਦੇਣਾ ਕੁਛ ਵੀ ਇਹੋ ਜਿਹਾ ਨਹੀਂ ਹੋਣਾ ਚਾਹੀਦਾ, ਹਰ ਇੱਕ ਇਨਸਾਨ ਨੂੰ ਇਨਸਾਫ ਮਿਲੇ। ਲੇਕਿਨ ਸਰਕਾਰ ਦੀ ਕੋਸ਼ਿਸ਼ ਉਦੋਂ ਫੇਲ ਹੋ ਜਾਂਦੀ ਹੈ ਜਦੋਂ ਉਸੇ ਹੀ ਸਰਕਾਰ ਦੇ ਵਿੱਚ ਕੁਛ ਇੱਕ ਭ੍ਰਿਸ਼ਟ ਆਫੀਸਰ ਬਣੇ ਹੁੰਦੇ ਨੇ, ਔਰ ਉਹ ਆਪਣੀ ਮਤਲਬ ਉਸ ਰੁਤਬੇ ਦਾ, ਉਸ ਮਤਲਬ ਆਫੀਸਰਪਣ ਦਾ ਗਲਤ ਫਾਇਦਾ ਚੁੱਕਦੇ ਨੇ। ਉਹ ਕਿਸ ਤਰ੍ਹਾਂ ਲੋਕਾਂ ਦੇ ਕੋਲੋਂ ਮਤਲਬ ਪਰਸੈਂਟੇਜ ਦੇ ਰੂਪ ਦੇ ਵਿੱਚ ਰਿਸ਼ਵਤ ਲੈਂਦੇ ਨੇ ਔਰ ਠੇਕੇਦਾਰਾਂ ਦੇ ਨਾਲ ਗੱਲਬਾਤ ਕਰਦੇ ਨੇ। ਇੱਕ ਆਡੀਓ ਜਿਹੜੀ ਹੈ ਇਹਨਾਂ ਦਿਨਾਂ ਵਿੱਚ ਵਾਇਰਲ ਹੋ ਰਹੀ ਹੈ ਜੀ, ਚੀਫ ਇੰਜੀਨੀਅਰ ਵਾਟਰ ਜ਼ੋਨ ਅੰਮ੍ਰਿਤਸਰ ਦੀ, ਜਿਹੜੇ ਚੀਫ ਇੰਜੀਨੀਅਰ ਸਾਹਿਬ ਹੈ ਉਹ ਠੇਕੇਦਾਰ ਦੇ ਨਾਲ ਕਿਸੇ ਨਾਲ ਗੱਲਬਾਤ ਕਰ ਰਹੇ ਨੇ ਔਰ ਬਹੁਤ ਹੀ ਮਤਲਬ ਸਕੂਨ ਭਰੇ ਮੂਡ ਵਿੱਚ ਉਹ ਗੱਲਬਾਤ ਕਰ ਰਹੇ ਨੇ। ਆਡੀਓ ਪਹਿਲਾਂ ਤੁਸੀਂ ਸੁਣ ਸਕਦੇ ਹੋ। ਇਸ ਆਡੀਓ ਦੇ ਵਿੱਚ ਪਰਸੈਂਟੇਜ ਦੀ ਗੱਲ ਕੀਤੀ ਗਈ ਹੈ ਔਰ ਪਰਸੈਂਟੇਜ ਘੱਟ ਨਹੀਂ ਹੈ, ਲੱਖਾਂ ਦਾ ਮਤਲਬ ਜਿਹੜੀ ਰਿਸ਼ਵਤ ਲੈਣ ਦਾ ਗੱਲਬਾਤ ਹੈ, ਭ੍ਰਿਸ਼ਟਾਚਾਰੀ ਹੈ, ਉਹ ਲੱਖਾਂ ਰੁਪਏ ਦੇ ਰੂਪ ਵਿੱਚ ਕੀਤੀ ਗਈ ਹੈ। ਪਹਿਲਾਂ ਤੁਸੀਂ ਸੁਣੋ ਚੀਫ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਦੀ ਵਾਇਰਲ ਹੋ ਰਹੀ ਇੱਕ ਪਰਸੈਂਟੇਜ ਨੂੰ ਲੈ ਕੇ ਗੱਲਬਾਤ। ਹਾਂਜੀ ਹੋ ਗਈ ਸਰਜੀਤ ਨਾਲ ਢਲੂਣਾ ਗੱਲ। ਉਹ ਕਹਿੰਦਾ ਕਿ ਮੈਨੂੰ ਹਾਥੀ ਮੇਰੇ ਜੋੜੀ ਜਾਂਦਾ ਆ, ਕਹਿੰਦਾ ਕਿ ਪਲੀਜ਼ ਮੈਨੂੰ ਸੋਮਵਾਰ ਮੈਂ ਜਿਹੜੀ ਮਰਜ਼ੀ ਹਾਲਤ 'ਚ ਮਿਲ ਕੇ ਆਊਂਗਾ। ਕਹਿੰਦਾ ਮੈਨੂੰ ਕੱਲ੍ਹ ਨਹੀਂ ਮੇਰੇ ਕੋਲ ਜਾਇਆ ਨਾ ਤਾਂ ਕੱਲ੍ਹ ਮੇਰੇ ਕੋਲ ਪੈਸੇ ਹੋਣੇ ਨਹੀਂ ਹੂੰ, ਮੈਂ ਸੋਮਵਾਰ ਮਿਲਾਂ ਕਹਿੰਦਾ। ਕਹਿੰਦਾ ਤੂੰ ਮੇਰੇ ਨਾਲ ਜਾਈ, ਮੇਰਾ ਭਰਾ ਨਹੀਂ ਮੇਰਾ, ਮੈਂ ਕਿਹਾ ਇੰਨਾ, ਕਹਿੰਦਾ ਸਾਹਿਬ ਨੂੰ ਕਹਦੇ ਇੰਨਾ ਕਰ ਦਿਓ। ₹50,000 ਮੈਂ ਸੋਮਵਾਰ ਦਾਕੀ ਪਿਛਲਾ ਹਿਸਾਬ ਦੱਸ ਆਊਂਗਾ, ਸਾਰਾ ਦੱਸ ਆਊਂਗਾ। ਨਹੀਂ ਪਿਆ ਨਹੀਂ ਰਹਿੰਦਾ ਹੈਗਾ, ਪਿਆ ਦੇ ਨਾਲ 30 ਹੋਰ ਆ ਇਹਨਾਂ ਨੇ ਜਿਹੜਾ ਦੇਣਾ ਮੈਨੂੰ, ₹5,00,000 ਵੱਖਰਾ ਲੈਣਾ ਸੀ, ₹1,50,000 ਚ ਆ ਗਏ ਜੇ। ਉਹ ਚੱਲ ਯਾਰ, ਮੈਂ ਮੇਰੀ ਮੇਰੀ ਨਾ ਬਹੁਤ ਜ਼ਿਆਦਾ ਨਹੀਂ, ਮੈਂ ਮੇਰੀ ਹੈ, ਤੁਸੀਂ ਲਾਲਚ ਨਹੀਂ ਨਾ ਕੀਤਾ, ₹4,500 ਮਾਰ ਲਗੇ ਵਹਿੰਦੇ ਨੀ ਆ ਤੇ ਫਿਰ ਗੱਲ ਕਰਦੇ ਮੁੱਕ ਭੱਜਦੇ। ਫਿਰ ਨਹੀਂ
ਮੈਂ ਇਸੇ ਕਰਕੇ ਕਹਿੰਦਾ ਨਾ, ਮੈਂ ਮੈਨੂੰ ਇੰਨਾ ਨੀ ਹੈਗਾ ਵੀ ਮੈਂ ਕਿਸੇ ਨੂੰ ਨਾਪੀ ਦੇਵਾਂ ਗਿੱਚੀ ਘੁੱਟ ਦਵਾਂ। ਇਹ ਤੁਹਾਡੀ ਇਹ ਗੱਲ ਹੀ ਬਹਾਦਰੀ ਹੈ, 4200 ਰੇਟ ਤੁਸੀਂ 4800 ਦਵਾਤਾ, ਤੁਸੀਂ ਇੰਨਾ ਵੱਡਾ ਸਹਾਨ ਨੀ ਕਰ ਸਕਦੇ, ਹੈਂ ਇੰਨਾ ਵੱਡਾ ਸਹਾਨ ਨੀ ਤੁਸੀਂ ਕਰ ਸਕਦੇ, ਇਹ ਜੋ ਮੈਂ ਐਤਕੀ ਕੀਤਾ ਨਾ, ਹਾਂਜੀ, ਕਦੀ ਵੀ ਕੋਈ ਬੰਦਾ ਨੀ ਏਦਾਂ ਕਰ ਜ਼ਿੰਦਗੀ ਚ ਕਰ ਨੀ ਸਕਦਾ, ਜਿੰਨੀ ਦਲੇਰੀ ਤੁਸੀਂ ਕਰਤੀ ਹੈ ਨਾ, ਆਊਟ ਆਫ ਵੇ ਦਲੇਰੀ ਨੀ, ਮੈਂ ਕਾਨੂੰਨ ਦੇ ਕਰਦੇ ਜਾ ਕੇ ਕੀਤਾ ਯਾਰ, ਦਲੇਰੀ ਕਰੀ ਇੱਥੇ ਮੇਰੀ, ਮੈਂ ਵੇ ਇਹਨਾਂ ਨੂੰ ਪਾਲਤਾ, ਇਹਨਾਂ ਪਾਲਤਾ, ਸਹੀ ਗੱਲ, ਉਹ ਤੈਨੂੰ ਵੀ ਮੇਰੀ ਬੇਨਤੀ ਆ, ਬੇਨਤੀ ਕਰਦਾ ਉਹ ਭਰਾ ਦੇ ਨਾਲ ਰਲ ਕੇ ਕੱਲ, ਕੋਈ ਚੱਕਰ ਨੀ, ਬਸ ਹੋਇਆ, ਚਲੋ ਠੀਕ ਹੈ ਠੀਕ ਹੈ ਠੀਕ ਹੈ, ਬਸ ਕੁਛ ਨੀ ਹੁੰਦਾ ਗਾ, ਵੱਡਾ ਵਾ ਕੁਛ ਨੀ ਹੁੰਦਾ, ਸੋਮਵਾਰ ਤੁਹਾਡੇ ਕੋਲ ਆਜੂਗਾ, ਤੇ ਬਾਕੀ ਜੇ 1.5 ਲੱਖ ਦੀ ਗੱਲ ਦੀ ਰਿਕਮੈਂਡਮੈਂਟ ਇਹਨਾਂ ਕੀਤੀ, ਆਪਣੀ ਲੋਨ ਨੂੰ ਦੇਣਗੇ, ਮੈਂ ਇਹ ਵੀ ਗੱਲ ਕਰ ਲਿਓ ਨਾਲ ਹੀ, ਕੋਈ ਨੀ ਕਰੋ ਨਾ ਕਰੋ ਯਾਰ, ਕੋਈ ਟੈਨਸ਼ਨ ਨਹੀਂ, 50,000 ਰੁਪਇਆ ਤੁਹਾਨੂੰ ਸੋਮਵਾਰ ਦੇ ਦਾਂਗੇ, ਇਹ ਮੈਨੂੰ ਪਤਾ ਨਹੀਂ, ਮੈਂ ਸਭ ਦੱਸੇ ਸੀ ਕਿ ਕਦੋਂ ਕਦੋਂ ਕੀ ਕੀ ਨਹੀਂ ਘਟਾਈ ਕਹਿੰਦਾ, ਜਿਹੜਾ 2 ਆਇਆ ਉਹ ਘਟਾਈ ਆਇਆ ਉਹ ਤੁਹਾਡੇ ਸਾਹਮਣੇ ਹੀ ਹੈ, ਨਹੀਂ ਫਿਰ ਕਿੱਦਾਂ ਵਾ ਉਹਨੂੰ ਪੁੱਛੇ ਨਾ ਵੀ ਕਿੰਨਾ ਦਿੱਤਾ ਇਹਨੂੰ, ਬਜਟ ਦਾ ਦੇਖੇ ਨਾ, ਬਜਟ ਤੈਨੂੰ ਮਿਲਿਆ ਜੇ 20 ਲੱਖ ਇੱਧਰ, 23-43 ਲੱਖ ਮਿਲਿਆ ਜੇ, ਹੈਂ ਸੱਤੂ ਚੋਂ 28 ਬੰਦਾ, 28 ਤੇ 2,94,000, ਕਿਉਂ 28,94,000 ਕਿਉਂ, 43 ਦਾ ਕਿੰਨਾ ਬੰਦਾ, ਸੱਤੂ ਦੀ 21, 3,01,000, ਸੱਤੂ ਦੀਆਂ 21-43 ਨਹੀਂ, ਸੱਤੂ ਚੋਂ 28 ਬੰਨਾ ਸਰ, 28 ਦੇ ਉਹ ਬਣ ਗਿਆ ਨਾ, 14,000 ਉੱਤੇ ਲਾ ਲਓ, 2,94,000, ਨਹੀਂ 3 ਦਾ 14 ਥੋੜੀ ਬਣਦਾ, 21,000, ਹਾਂ 3 ਦਾ ਸੋਰੀ, ਸੱਤੂ ਦੀਆਂ 21, 3 ਲੱਖ ਬਣਦਾ, ਤੇ 2,25 ਦੇ ਤਾ ਤੇ 50 ਹੀ ਰਹਿ ਗਿਆ, ਚਲੋ ਉਹ ਫਿਰ 30 ਉਹ ਵੀ ਹੈ ਨਾ, 30 ਉਹ ਵੀ ਰਹਿ ਗਿਆ, ਚਲੋ ਠੀਕ ਆ, ਜਿਹੜਾ ਮੈਂ ਹਿਸਾਬ ਦਾ ਬਿਲਕੁਲ ਨਾ ਐਂ ਕਰਦਾ, ਹੁਣ ਤੂੰ ਕਹਿਤਾ ਵੱਧ ਦੇ ਦਿਓ ਅਗਲੇ ਬਜਟ ਨੂੰ, ਮੈਂ ਹੋਰ ਵਧਾ ਲਵਾਂ ਇਹਨਾਂ ਨੂੰ, ਮੇਰਾ ਫਿਰ ਲਾਲਚ ਨਹੀਂ ਹੈਗਾ, ਅਗਲੇ ਬੜੇ ਬਜਟ 10% ਲੋ ਇਹਨਾਂ ਕੋਲ, ਉੱਥੇ ਰੱਖੂਗਾ ਮੈਂ, ਉੱਥੇ ਰੱਖੂਗਾ ਇਹਨਾਂ ਨੂੰ, ਕੋਈ ਨੀ ਯਾਰ, ਮੈਨੂੰ ਗੱਲ ਸੁਣ ਲਓ, ਇੱਕ ਤੁਸੀਂ ਜੇ ਤੁਸੀਂ ਸ਼ਖਸੀਅਤ ਜੇ ਦੁਨੀਆ ਤੇ ਜਿਹਨਾਂ ਨੂੰ 7% ਦੇ ਲੱਗੇ ਆ, ਨਹੀਂ ਤਾਂ ਕਦੇ 2 ਤੋਂ ਵਧੇ ਨਹੀਂ ਜੇ, ਉਹ ਨਹੀਂ ਇਹਦੇ ਸੁੱਚੂ ਕੋ 10-10 ਦਿੰਦੇ ਰਹੇ ਆ, ਨਹੀਂ ਨਹੀਂ ਅੰਕਲ ਜੀ ਨਹੀਂ ਝੂਠ ਜੇ, ਮੈਂ ਨਾਲ ਜਾ ਰਿਹਾ, 4 4 ਨਹੀਂ ਨਹੀਂ ਐਵੇਂ ਜੋ ਮਰਜ਼ੀ ਝੂਠ, ਇਹ ਝੂਠ ਦੇ ਪੱਲੇ ਜਿੰਨੇ ਮਰਜ਼ੀ ਬੰਨ ਪੁੱਲ ਬੰਨਣ, ਮੈਂ ਨਾਲ ਜਾਂਦਾ ਮੈਂ ਸੁੱਚੂ ਨੂੰ 4 ਦਿੰਦੇ ਰਹੇ ਆ, ਚਲ ਨਹੀਂ 10%, ਚਲੋ ਮੈਂ ਕੀ ਲੈਣਾ, ਪਤਾ ਕੀ ਆ, ਮੈਂ ਤੇ ਸਾਰੇ ਡਿਸਕੁਆਲੀਫਾਈ ਕਰ ਦਵਾਂ, ਅੱਜ ਜਾ ਕੇ ਸਾਰਿਆਂ ਦੇ ਕੰਮ ਚੈੱਕ ਕਰ ਲਵਾਂ, ਮੈਂ ਕਹਿੰਦਾ ਹੀ ਨਹੀਂ ਕੁਛ, ਨਹੀਂ ਨਹੀਂ ਬਸ ਤੁਸੀਂ ਜਿਹੜੀ ਦਲੇਰੀ ਹੈ ਕਰਤੀ ਹੈ ਨਾ, ਇਹਨਾਂ ਨੂੰ ਕੰਮ ਦੇ ਕੇ ਕੱਲਿਆਂ ਨੂੰ, ਤੇ ਇਹਨਾਂ ਨੂੰ ਤੁਹਾਡੇ ਪੈਰ ਧੋਣੇ ਚਾਹੀਦੇ ਆ, ਹਾਂ ਇਹੀ ਤਾਂ ਸਮਝਦੇ ਨੇ ਕਿ ਸੁਰਜੀਤ ਵਰਗੇ ਵੇਖਦੇ ਆ, ਹੈ ਨਹੀਂ ਨਹੀਂ ਚਲੋ ਮੇਰਾ ਸਾਰੇ ਇੱਕੋ ਥਾਲੀ ਚਟੇ ਵਟੇ, ਕੀ ਕਰਾਂ ਇਹਨਾਂ ਦਾ, ਮੈਂ ਕੀ ਕਰਾਂ ਇਲਾਜ, ਚੀਫ ਚੀਫ ਦਾ ਫੋਨ ਆਉਣ ਡਿਆ ਸਾਰਾ, ਸੁਣ ਲਓ, ਹਾਂ ਚੁੱਕਦੇ ਨਹੀਂ ਆ, ਮੈਂ ਗੋਲੀ ਮਾਰ ਦੇਣੀ ਆ, ਚਲੋ ਮੈਂ ਸਮਝਾਉਣਾ ਗੱਲ, ਮੈਨੂੰ ਦੱਸ, ਮੈਨੂੰ ਦੱਸ, ਮੈਂ ਗੋਲੀ ਮਾਰ ਦੇਣੀ ਆ, ਹੁਣ ਤੂੰ ਚਾਹੇ ਇੱਥੇ, ਨਹੀਂ ਨਹੀਂ ਤੂੰ 6 ਦਿਨ 7 ਦਿਨ 10 ਦਿਨ 15 ਦਿਨ ਨਹੀਂ ਫੋਨ ਕੀਤਾ, ਨਹੀਂ ਕੀਤਾ ਫਿਰ ਕੀ ਹੋਇਆ, ਮੈਂ ਆਪਣਾ ਰੋਲ ਸੀਗਾ ਜਿਹੜੇ ਜਿਹੜੇ ਜਾਮ ਨਹੀਂ ਬਣਦੇ, ਮੈਂ ਰੋਸ ਕਰਤਾ ਬਸ, ਉਹ ਨਹੀਂ ਮੇਰੇ ਨਾ ਦੂਜੇ ਫਰਮਾਂ ਦੇ ਨਾਂ ਤੇ ਮੈਂ ਕੰਮ ਕਰਨ ਆ, ਚਰਨ ਤੇ ਹਰੀਸ਼ ਤੇ, ਉਹਨਾਂ ਨਾਲ ਡਿਸਪਿਊਟ ਪੈ ਗਿਆ ਸੀ ਮੇਰਾ ਥੋੜਾ, ਤਦ ਮੈਂ ਤੁਹਾਡੇ ਕੋਲ ਨਹੀਂ ਮਿਲਣ ਆਇਆ, ਮੈਂ ਉਹਨਾਂ ਡਿਸਪਿਊਟ ਹੱਲ ਕਰ ਲਿਆ, ਕੋਈ ਗੱਲ ਨਹੀਂ ਹੱਲ ਕਰ ਲਿਆ, ਮੈਂ ਹੱਲ ਕਰ ਲਿਆ, ਜੇ ਮਹਾਰਾਜ ਗੱਲ ਸੁਣੋ, ਜੇ ਤੁਹਾਨੂੰ ਮੈਂ ਪਹਿਲਾਂ ਦੇ ਹੱਦਾ ਆ ਤੇ ਮੈਂ ਇੰਨੇ ਦਾ, ਮੈਂ ਯਾਰ ਸਮਝਿਆ ਨਹੀਂ ਗਿਆ, ਮੈਨੂੰ ਤੂੰ ਸਮਝਿਆ ਕਰ, ਮੈਂ ਤਾਂਹੀਓ ਤਾਂ ਤੁਹਾਨੂੰ ਇਹੀ ਗੱਲ ਕਹਿੰਦਾ ਨਾ, ਮੈਂ ਠੀਕ ਠੀਕ, ਮੈਂ ਹੋਰ ਕੀ ਕਹਿੰਦਾ ਵਾ, ਚਲੋ ਠੀਕ ਆ, ਇਹਦਾ ਗੱਲ ਹੁਣ ਚੱਕਰ ਨਹੀਂ ਬਣਦਾ ਯਾਰ, ਇਹਦੀ ਜ਼ਿੰਮੇਵਾਰੀ ਲੈਂਦਾ ਮੈਂ, ਇਹਦੇ ਜ਼ਿੰਮੇ ਜੋ ਵੱਜਦਾ ਉਹ ਤੁਹਾਨੂੰ ਸੋਮਵਾਰ ਨਹੀਂ ਕਰਦਾ, ਤਰਲ ਚੀਕਾਂ ਵੱਜ ਗਈਆਂ ਮੈਂ ਕੱਲ ਗਿਆ ਕੰਮ ਕੇ ਉੱਠ ਗਏ ਉੱਥੋਂ, ਹਾਂ ਉਹ ਸੀਟਾਂ ਜਿਹੜੇ ਵਧਾਵਣ ਵਧਾਉਣ ਨੀ ਉਹਨਾਂ ਕੋਲ, ਤੁਸੀਂ ਇਹ ਪੀਰੀਅਡ ਖੋ ਲਿਆ ਉਹਨਾਂ ਨੇ, ਆਹੋ ਕਹਿੰਦੇ ਚੀਫ ਸਾਹਿਬ ਦਾ ਫੋਨ ਆ ਗਿਆ ਪੀਰੀਅਡ ਨੀ ਇਹਨਾਂ ਨੇ ਕਰਨੇ, ਤੇ ਉਹਨਾਂ ਅੱਖਾਂ ਪਾਣੀ ਆ ਗਏ ਉਹਨਾਂ ਦੇ,
ਹਾਂ ਫੇਰ ਹੋਣੇ ਨਹੀਂ ਗਏ ਵਧਾਵਣ ਦੇਖਾ ਜੀ ਪਾਣੀ ਆ ਗਏ ਹਾਂ ਕਹਿੰਦੇ ਸਾਡੇ ਕਿਹੜੀ ਗਲਤੀ ਹੋ ਗਈ ਆ ਕਹਿੰਦੇ ਨੇ ਮੈਨੂੰ ਕਹਿੰਦੇ ਸੀ ਕਹਿੰਦੇ ਨਿਤਿਨ ਨੇ ਕਰਾਇਆ ਆ ਮੈਂ ਮੈਨੂੰ ਨੀ ਪਤਾ ਕਿੰਨੇ ਕਰਾਇਆ ਆ ਮੈਂ ਨਿਤਿਨ ਕੌਣ ਆ ਯਾਰ ਨਿਤਿਨ ਜੀਵ ਲੱਗਾ ਮੈਨੂੰ ਨੀ ਪਤਾ ਕਿੰਨੇ ਕਰਾਇਆ ਭਰਾ ਮੈਨੂੰ ਤੁਸੀਂ ਠੇਕੇਦਾਰ ਨੂੰ ਖਰਾਬ ਕਰਦੇ ਮੈਨੂੰ 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 ਮੇਰੇ ਪਿਆਰੇ ਠੇਕੇਦਾਰ ਇੰਨੇ ਔਖੇ ਵੇਲੇ ਕੰਮ ਆ ਤੇ ਮੈਂ ਇਹ ਸੋਚ ਰੱਖਦਾ ਪਤਾ ਨੀ ਕੀ ਕੀ ਬੜੇ ਰੋ ਪਏ ਸੀ ਕੱਲ ਰੋ ਪਏ ਸੀ ਮੈਂ ਸੋ ਵਾਲੀ ਕੱਲ ਵਧਾਵਾਂ ਦੇਖਾ ਜੀ ਪਾਣੀ ਆ ਗਿਆ ਹਾਂ ਚਲੋ ਨਹੀਂ ਤੰਗ ਕਿਉਂ ਕਰਦੇ ਆ ਕਰੀ ਜਾਓ ਆਪਣਾ ਖਾਣਾ ਵੀ ਕੋਈ ਦੋ ਚੀਜ਼ਾਂ ਨੀ ਚੰਗੀਆਂ ਲੱਗਦੀਆਂ ਨਹੀਂ ਠੀਕ ਹੈ ਠੀਕ ਹੈ ਇਹ ਤਾਂ ਗੱਲ ਤੁਹਾਡੀ ਮੰਨਣ ਵਾਲੀ ਨਹੀਂ ਇੱਕ ਆਪਣਾ ਗੱਲ ਵੀ ਤੁਹਾਡੀ ਹੈ ਗੱਲ ਦੀ ਸਿਫਤ ਆ ਹਾਂ ਕਿ ਜੇ ਤੁਸੀਂ ਗੱਲ ਸੁਣੋ ਜੇ ਠੇਕੇਦਾਰ ਕੋ ਤੁਸੀਂ ਜੇ ਠੇਕੇਦਾਰ ਤੁਹਾਡੀ ਮਤ ਜੇ ਜੋ ਵੀ ਹੈ ਤੁਹਾਨੂੰ ਸੇਵਾ ਕਰਦੇ ਹੈ ਨਾ ਪਰ ਠੇਕੇਦਾਰ ਦੀ ਤੁਸੀਂ ਪੂਰੀ ਮਤ ਕਰਦੇ ਜੇ ਮੈਂ ਪੂਰਾ ਪੱਤ ਰੱਖਦਾ ਉਹਨਾਂ ਦਾ ਜਿਵੇਂ ਸਿੱਧੀ ਗੱਲ ਜੇ ਵੇਖੋ ਤੁਸੀਂ ਭਾਵੇਂ ਕੋਈ ਜੋ ਵੀ ਕੁਛ ਬਣਦਾ ਹਰ ਅਫਸਰ ਦਾ ਬਣਦਾ ਤੁਸੀਂ ਲੈਂਦੇ ਹੋ ਪਰ ਤੁਸੀਂ ਅਫਸਰਾਂ ਵੱਧ ਹੋ ਗਏ ਉਹਨਾਂ ਦੇ ਕੰਮ ਕਰਦੇ ਜੀ ਮੈਂ ਤੇ ਐਸੀਆਂ ਦਾ ਵੀ ਵੇਖਦਾ ਵੀਕੇ ਦੇ ਪੈਸਿਆਂ ਚੋਂ ਨਿਤਨ ਕਰਾ ਕੇ ਹੋਈ ਗੱਲ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਯਾਰ ਮੈਂ ਨਹੀਂ ਇਨਵੋਲਵ ਹੁੰਦਾ ਮੈਂ ਜੋ ਦੇ ਤਾਂ ਮੈਂ ਕਿਹਾ ਬੰਦਾ ਬੜਾ ਵਧੀਆ ਜੇ ਮੈਂ ਕਹਿੰਦਾ ਬੰਦਾ ਇਮਾਨਦਾਰ ਬੰਦਾ ਜੇ ਇੱਕ ਸਭ ਤੋਂ ਸਾਡੇ ਠੇਕੇਦਾਰ ਦੇ ਬੰਦਾ ਉਹ ਆ ਜਿਹੜਾ ਆਪਣੀ ਗੱਲ ਤੇ ਉਤਰਦਾ ਸਮਝਿਆ ਨਹੀਂ ਹਾਂਜੀ ਤੇ ਮੇਰੀ ਗੱਲ ਸੁਣ ਆਪਸ ਜੋ ਮਰਜ਼ੀ ਕਰੀਏ ਮੈਂ ਜਿਹਨੂੰ ਦਿੱਤਾ ਵਾ ਉਹੀ ਹੋਣਾ ਉਹ ਤਾਂ ਧੱਕੇ ਨਾਲ ਨਿਤਨ ਕਰਾ ਗਿਆ ਜੁੱਤੀ ਜ਼ੋਰ ਨਾਲ ਹੀ ਚਲੋ ਕਰਾਈ ਜਾਵੇ ਯਾਰ ਉਹ ਆਪਸੀ ਗੱਲ ਉਹਨਾਂ ਦੀ ਮੈਂ ਕੀ ਲੈ ਸਕਦਾ ਤੁਸੀਂ ਤੁਹਾਡੇ ਸਿਰ ਤੇ ਹੁੰਦੇ ਆ ਚੱਲ ਮੇਰੇ ਸਿਰ ਤੇ ਤੂੰ ਨੀ ਹੁੰਦਾ ਪਿਆ ਮੈਂ ਵੇਖੋ ਮੈਂ ਤੁਹਾਨੂੰ ਮਿਲ ਕੇ ਜਾਣਾ ਫਿਰ ਤੁਹਾਡੇ ਕੰਮ ਕਰਾਣੇ ਮੈਂ ਨਹੀਂ ਨਹੀਂ ਕੋਈ ਗੱਲ ਨੀ ਯਾਰ ਮੈਨੂੰ ਨੀ ਏਦਾਂ ਦੀ ਗੱਲ ਨੀ ਹੁੰਦੀ ਹੈਗੀ ਮੈਂ ਤੇ ਤੇਰੇ ਪਾਪੇ ਲਈ ਸਜੀਤ ਕੋ ਮੈਂ ਸਜੀਤ ਨੂੰ ਸੋਮਵਾਰ ਫੜ ਕੇ ਲਿਆਣਾ ਮੈਨੂੰ ਇਹ ਨੀ ਗੱਲ ਮੈਂ ਤੇ ਹੁਣ ਸਜੀਤ ਵਾਲਾ ਫੜ ਮੈਂ ਆਪ ਰੋਲ ਮੈਂ ਫੋਨ ਕਰ ਲੈਣਾ ਤੂੰ ਫੋਨ ਕਰੀਏ ਦਾ ਮੇਰਾ ਹਲ ਮੈਨੂੰ ਕੋਈ ਫਰਕ ਨੀ ਪੈਂਦਾ ਮੈਂ ਉਹਨੂੰ ਕਹਿ ਦੇਵਾਂ ਨਹੀਂ ਜੇ ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ ਨਹੀਂ ਨਹੀਂ ਕਦੇ ਫੋਨ ਲਾਤਾ ਮੈਂ ਦੂਜੇ ਫੋਨ ਤੋਂ ਲਾਇਆ ਜੀ ਨੈਟਵਰਕ ਨੀ ਮਿਲਦਾ ਨਾ ਇਹ ਇਹਨਾਂ ਦੇ ਪਿੰਡ ਹੋਵੇ ਜਿੱਥੇ ਮਰਜ਼ੀ ਹੋਵੇ ਚੰਗਾ ਨੀ ਲੱਗਦਾ ਹੈਗਾ ਚਲੋ ਮੈਂ ਤੁਹਾਨੂੰ ਕਹਿਣਾ ਤੁਹਾਡਾ ਗੱਲ ਕਰਦਾ ਦਿਲ ਚ ਮੈਂ ਕੁਛ ਹੁੰਦਾ ਨਾ ਮੈਨੂੰ ਏਦਾਂ ਫੋਨ ਕਰਕੇ ਨਾ ਘੁਆਵਾ ਕਰ ਲੈਣਾ ਸਰ ਉਹਨੇ ਗੱਲ ਕਰ ਲੈਣਾ ਫਿਰ ਅਗਲੀ ਵਾਰੀ ਇਹਨਾਂ ਨੂੰ ਲਿਮਟ ਹੀ ਪਤਾ ਲੱਗੇ 5 ਲੱਖ ਰਹਿਗੀ ਸੁਰਜੀਤ ਇਲੈਕਟ੍ਰੀਕਲ ਦੀ ਬਸ ਚੱਲ ਤੁਰੇ ਫਿਰੋ ਪੈ ਫਿਰ ਪਰਸੋਂ ਆਣਾ ਨਾ ਤੁਸੀਂ ਸੋਮਵਾਰ ਚਲੋ ਠੀਕ ਹੈ ਠੀਕ ਹੈ ਸਰ ਠੀਕ ਹੈ ਓਕੇ ਤੇ ਦੋਸਤੋ ਇਸ ਗੱਲਬਾਤ ਤੋਂ ਬਾਅਦ ਅਸੀਂ ਚੇਅਰਮੈਨ ਸਾਹਿਬ ਜੋ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਨੇ ਬਲਦੇਵ ਸਿੰਘ ਸਰਾਂ ਜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਦਾਰ ਬਲਦੇਵ ਸਿੰਘ ਸਰਾਂ ਜੀ ਬੋਲਦੇ ਹੋ ਚੇਅਰਮੈਨ ਸਾਹਿਬ ਹਾਂ ਜੀ ਵੀਰ ਜੀ ਬੋਲ ਰਹੇ ਜੀ ਅੱਛਾ ਸਰ ਮੈਂ ਏਵਨ ਪੰਜਾਬੀ ਚੈਨਲ ਤੋਂ ਬੋਲਦਾ ਸੋਮ ਸਹੋਤਾ ਜੀ ਵੀਰ ਜੀ ਜੀ ਵੀਰ ਜੀ ਅੱਛਾ ਸਰ ਇੱਕ ਇਨਫੋਰਮੇਸ਼ਨ ਲੈਣੀ ਸੀ ਇੱਕ ਚੀਫ ਇੰਜੀਨੀਅਰ ਹੈ ਤੁਹਾਡੇ ਬਾਰਡਰ ਜ਼ੋਨ ਦੇ ਜੀ ਜੀ ਉਹਨਾਂ ਦਾ ਇੱਕ ਆਡੀਓ ਵਾਇਰਲ ਹੋ ਰਿਹਾ ਕਿਸੇ ਠੇਕੇਦਾਰ ਦੇ ਨਾਲ ਉਹ ਪਰਸੈਂਟੇਜ ਦੀ ਰਿਸ਼ਵਤ ਦੀ ਮਤਲਬ ਜੋ ਜਿਸ ਤੇ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇ ਕਿਤੇ ਨਾ ਕਿਤੇ ਉਹ ਆਡੀਓ ਦੇ ਵਿੱਚ ਸ਼ਰੇਆਮ ਗੱਲਾਂ ਬਾਤਾਂ ਹੋ ਰਹੀਆਂ ਨੇ
ਜੀ ਉਸ ਬਾਰੇ ਤੁਹਾਡਾ ਪੱਖ ਜਾਣਨਾ ਸੀ ਵੀ ਹੁਣ ਤੱਕ ਉਸ ਤੇ ਪ੍ਰਸ਼ਾਸਨ ਵੱਲੋਂ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਔਰ ਉਸ ਸ਼ਖਸ ਦਾ ਪ੍ਰੋਪਰ ਨਾਮ ਕੀ ਹੈ? ਉਹ ਇਸ ਤਰ੍ਹਾਂ ਜੀ ਵੀ ਤੁਹਾਡੇ ਚੈਨਲ ਨੂੰ ਇਹ ਹਾਲ ਤੱਕ ਪਤਾ ਨਹੀਂ ਹੈ ਲੱਗਿਆ, ਮੈਂ ਤਾਂ ਬੜਾ ਹੈਰਾਨ ਹਾਂ ਕਿ ਅੱਜ ਦੇ ਮਤਲਬ ਪੰਜਾਬੀ ਟ੍ਰਿਬਿਊਨ ਹਿੰਦੁਸਤਾਨ ਟਾਈਮਜ਼ ਉਹਨਾਂ ਦੀ ਫਸਟ ਪੇਜ ਦੀ ਨਿਊਜ਼ ਹੈ ਜੀ ਜੀ ਉਹ ਅਸੀਂ ਇਸ ਚੀਜ਼ ਦਾ ਕੋਗਨੀਜੈਂਸ ਲੈ ਕੇ ਆਲਰੇਡੀ ਜਿਹੜਾ ਵੀ ਉੱਥੋਂ ਦਾ ਚੀਫ ਇੰਜੀਨੀਅਰ ਬਾਰਡਰ ਸੀਗਾ ਸੰਦੀਪ ਕੁਮਾਰ ਸੀਗਾ ਉਹਦਾ ਨਾਮ ਜੀ ਸੰਦੀਪ ਕੁਮਾਰ, ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਜੀ ਕੱਲ੍ਹ ਕੱਲ੍ਹ ਹੀ ਕਰਤਾ ਸਸਪੈਂਡ ਉਹ ਸਸਪੈਂਡ ਤੋਂ ਬਾਅਦ ਸਰ ਟਰਮੀਨੇਟ ਕਰਨਾ ਜ਼ਿਆਦਾ ਉਚਿਤ ਨਹੀਂ ਸੀਗਾ? ਨਹੀਂ ਦੇਖੋ ਟਰਮੀਨੇਟ ਜਿਹੜਾ ਕਰਨਾ ਹੈ ਇਹ ਕੋਈ ਏਦਾਂ ਦੀ ਚੀਜ਼ ਤਾਂ ਹੈ ਨਹੀਂ ਕਿ ਅਸੀਂ ਉਹਦੇ ਲਈ ਅਸੀਂ ਇਨਕੁਆਇਰੀ ਕਮੇਟੀ ਬਿਠਾ ਤੀ ਜੀ ਸਰ, ਇਨਕੁਆਇਰੀ ਕਮੇਟੀ ਲੈ ਕੇ ਆਊਗੀ ਜਿਹੜਾ ਵੀ ਇਹ ਕਰਪਸ਼ਨ ਦਾ ਸਕੈਂਡਲ ਸੀ ਇਹਦੇ ਨਾਲ ਹੋਰ ਕੌਣ ਕੌਣ ਬੰਦੇ ਸੀ ਜੀ ਉਹ ਸਾਰੀ ਜਿਹੜੀ ਪੜਤਾਲ ਰਿਪੋਰਟ ਆਏਗੀ ਉਹਦੇ ਆਧਾਰ ਤੇ ਫਿਰ ਅਗਲੀ ਕਾਰਵਾਈ ਟਰਮੀਨੇਸ਼ਨ ਜਾਂ ਜੋ ਵੀ ਉਹਦੀ ਕਾਰਵਾਈ ਬਣੇਗੀ ਉਹ ਕੀਤੀ ਜਾਏਗੀ। ਇਹ ਇਨਫੋਰਮੇਸ਼ਨ ਲੈਣੀ ਸੀ ਕਿ ਸਸਪੈਂਡ ਤਾਂ ਮਤਲਬ ਕਰਨ ਤੋਂ ਬਾਅਦ ਕਦੇ ਵੀ ਉਹ ਬਹਾਲ ਹੋ ਸਕਦਾ ਹੈ, ਪਤਾ ਸਾਰਾ ਹੀ ਸੀਗਾ। ਤੁਸੀਂ ਇਹ ਨਾ ਕਹੋ, ਅਸੀਂ ਇਹ ਚਾਹੁੰਦੇ ਸੀਗੇ ਕਿ ਟਰਮੀਨੇਟ ਸ਼ਬਦ ਜਿਹੜਾ ਹੈ ਉਹ ਕਿਤੇ ਨਾ ਕਿਤੇ, ਦੇਖੋ ਸ਼ਾਇਦ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਅਣਜਾਣ ਹੋ ਕਿ ਜੇ ਕਿਸੇ ਨੇ ਕਤਲ ਵੀ ਕੀਤਾ ਹੋਵੇ ਉਹਦੇ ਬਿਨਾਂ ਕੇਸ ਚਲਾਇਆ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੈ। ਦੇਖੋ ਕੋਈ ਵੀ ਕੇਸ ਹੋਵੇ ਉਹਦਾ ਟ੍ਰਾਇਲ ਕਰਨਾ ਜ਼ਰੂਰੀ ਹੁੰਦਾ, ਟਰਮੀਨੇਟ ਵੀ ਜੇ ਕਿਸੇ ਨੂੰ ਕਰਨਾ ਤਾਂ ਉਹਦਾ ਪ੍ਰੋਸੀਜਰ ਬਣਿਆ ਹੁੰਦਾ, ਜੇ ਅਸੀਂ ਉਹ ਪ੍ਰੋਸੀਜਰ ਨਾ ਫਾਲੋ ਕਰੀਏ ਤਾਂ ਕੋਰਟਾਂ ਚ ਲੋਕੀ ਸਟੇ ਲੈ ਕੇ ਫਿਰ ਮੁੜ ਕੇ ਬਹਾਲ ਹੋ ਜਾਂਦੇ, ਅਸੀਂ ਉਹਦੇ ਪੱਕਾ ਕੇਸ ਬਣਾ ਰਹੇ ਹਾਂ ਕਿ ਉਹ ਕਿਸੇ ਢੰਗ ਨਾਲ ਛੁੱਟੇ ਨਾ। ਥੈਂਕ ਯੂ ਵੈਰੀ ਮਚ ਸਰ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਏਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ। ਥੈਂਕ ਯੂ ਵੈਰੀ ਮਚ ਸਰ, ਸੋ ਥੈਂਕ ਯੂ ਵੈਰੀ ਮਚ ਸਰ, ਤੁਸੀਂ ਏਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਅਸੀਂ ਜਦੋਂ ਮਤਲਬ ਜਿਹੜੇ ਚੀਫ ਇੰਜੀਨੀਅਰ ਸਾਹਿਬ ਹੈ ਜਿਨ੍ਹਾਂ ਦੀ ਮਿੱਠੀ ਆਵਾਜ਼ ਤੁਸੀਂ ਇਸ ਆਡੀਓ ਵਿੱਚ ਸੁਣ ਸਕਦੇ ਸੀ ਸੁਣੀ ਹੈ, ਔਰ ਉਸ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦਾ ਫੋਨ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਿਹਾ ਹੈ। ਉੜਦੀ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਕਿ ਇਸ ਸ਼ਖਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਸਵਾਲ ਇੱਥੇ ਹੈ ਕਿ ਸਸਪੈਂਡ ਕਰਨ ਦੇ ਨਾਲ ਕੀ ਹੈ, ਟਰਮੀਨੇਟ ਇਸ ਨੂੰ ਸ਼ਖਸ ਨੂੰ ਕਿਉਂ ਨਹੀਂ ਕੀਤਾ, ਕਿਉਂਕਿ ਇਸ ਨੇ ਪੰਜਾਬ ਸਰਕਾਰ ਦੇ ਉੱਪਰ ਇੱਕ ਵਾਰ ਫਿਰ ਉਂਗਲੀਆਂ ਜਿਹੜੀਆਂ ਉਹ ਖੜੀਆਂ ਕਰ ਦਿੱਤੀਆਂ ਨੇ। ਇਸ ਦੇ ਖਿਲਾਫ਼ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੁਸੀਂ ਕਮੈਂਟ ਦੇ ਰੂਪ ਵਿੱਚ ਜ਼ਰੂਰ ਦੇਣਾ। ਅੰਤ ਵਿੱਚ ਤੁਸੀਂ ਵੀ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।